एक रश्मि तौर पे भी यहाँ खाना आता हूँ। फिर एस पी चक्रा जी आई एस रिटायर्ड कोई प्रेजिडेंट और सीनियर सिटीजन वेलफेयर एसोसिएशन को ध्यान फिर एस पी कर डॉक्टर एस एस सीपीएम डायरेक्टर सीपीएम मेडिकल सेंटर साढ़े चेयरमैन साहब इंजीनियर बलबीर सिंह जी इस प्रोग्राम के कोऑर्डिनेटर डॉक्टर वालिया जी और इतने उपस्थित सिकवाल के सारे मोजेस मैंबर साहबान अज आप इतने कट्ठे हुए हैं ये जानना चाहिए कि हार्ट दीयां जो प्रॉब्लम्स होंदियां ने उन्हां दे वास्ते कोई ऐसे ऑल्टरनेट ट्रीटमेंट्स हैं जिहड़े कि उन्हां ट्रीटमेंट्स की जगह लै सकन जां उन्हां दी जगह किते जा सकन जिहड़े कि आम वड्डे हॉस्पिटल्स दे विच ਆਪਾਂ ਜਾਣਦੇ ਹਾਂ ਕਿ ਹਾਰਟ ਦੀ ਜੋ ਪ੍ਰੋਬਲਮਸ ਨੇ ਉਹ ਦਿਨ ਬ ਦਿਨ ਵੱਧ ਰਹੀਆਂ ਨੇ ਉਹਨਾਂ ਦੀ ਇੰਸੀਡੈਂਸ ਵੱਧ ਰਹੀ ਹੈ ਜੋ ਸੀਨੀਅਰ ਸਿਟੀਜ਼ਨਸ ਹੁੰਦੇ ਨੇ ਉਹ ਖਾਸ ਤੌਰ 'ਤੇ ਇਸ ਪ੍ਰੋਬਲਮ तो दो चार हुए ने लेकिन ड्यू टू फार्टी ड्यू टू की गल हो लेकिन ड्यू टू फार्टी लाइफ स्टाइल या स्ट्रेस के कारण ਇਹ ਜਿਹੜੀ ਉਮਰ ਅਸੀਂ ਸਮਝਦੇ ਸੀ ਕਿ ਇਹ ਬਿਮਾਰੀ ਵੱਡੀ ਉਮਰ ਦੇ ਵਿੱਚ ਹੁੰਦੀ ਹੈ ਉਹ ਚੀਜ਼ ਹੁਣ ਆਹਿਸਤਾ ਆਹਿਸਤਾ ਖਤਮ ਹੋ ਰਹੀ ਹੈ ਔਰ ਬਹੁਤ ਛੋਟੀ ਉਮਰ ਦੇ ਵਿੱਚ ਵੀ ਹਾਰਟ ਦੀਆਂ ਪ੍ਰੋਬਲਮਸ ਇਨ 20-30 ਏਜ ਗਰੁੱਪ 30-40 ਏਜ ਗਰੁੱਪ ਇਹ ਵੀ ਹੁਣ ਹੋਣ ਲੱਗ ਪਈਆਂ ਹਨ ਮੈਂ ਇਸ ਕਰਕੇ ਕਿਹਾ ਹੈ ਕਿ ਸਾਡੀਆਂ ਫੈਮਿਲੀਜ਼ ਦੇ ਵਾਸਤੇ ਵੀ ਅੱਜ ਦਾ ਜੋ ਸਾਡੀ ਇਹ ਇਨਫੋਰਮੇਸ਼ਨ ਮਿਲੇਗੀ ਸਾਨੂੰ ਨੌਲੇਜ ਮਿਲੇਗਾ ਇਹ ਸਾਡੇ ਵਾਸਤੇ ਮੁਫੀਦ ਹੋਵੇਗਾ ਆਪਾਂ ਜਾਣਦੇ ਹਾਂ ਕਿ ਜਿਸ ਵਕਤ ਅਸੀਂ ਵੱਡੇ ਹੋਸਪਿਟਲ ਜਾਂਦੇ ਹਾਂ ਐਂਜੀਓਗ੍ਰਾਫੀ ਐਂਜੀਓਪਲਾਸਟੀ ਬਾਈਪਾਸ ਇਹ ਜਿਹੜੇ ਪ੍ਰੋਸੀਜਰਸ ਨੇ ਇਹ ਬੜੇ ਪੇਨਫੁਲ ਨੇ ਕਾਫੀ ਟਾਈਮ ਲੱਗਦਾ ਹੈ ਮਿਸਿਸ ਈ ਬੀ ਆ ਗਏ ਨੇ ਅੰਦਰ ਬੁਲਾਓ ਔਰ ਐਕਸਪੈਂਸਿਵ ਉਹਨਾਂ ਦੇ ਆਫਟਰ ਇਫੈਕਟਸ ਵੀ ਹੁੰਦੇ ਨੇ ਇਹ ਜੋ ਸੈਂਟਰ ਹੈ ਇਹ ਆਲਟਰਨੇਟ ਨੋਨ ਸਰਜੀਕਲ ਟ੍ਰੀਟਮੈਂਟਸ ਆਫਰ ਕਰਦਾ ਹੈ ਜਿਸ ਵਕਤ ਡਾਕਟਰ ਵਾਲੀਆ ਸਾਹਿਬ ਨੇ ਮੇਰੇ ਨਾਲ ਜ਼ਿਕਰ ਕੀਤਾ ਕਿ ਜੀ ਆਪਾਂ ਨੂੰ ਸੀਬੀਆ ਮੈਡੀਕਲ ਸੈਂਟਰ ਇੱਕ ਵਿਜ਼ਿਟ ਰੱਖਣਾ ਚਾਹੀਦਾ ਤਾਂ ਮਹਿਸੂਸ ਕੀਤਾ ਅਸੀਂ ਕਿ ਇਹ ਸਾਡੇ ਵਾਸਤੇ ਲਾਭਕਾਰੀ ਹੋਏਗਾ ਮੁਫੀਦ ਹੋਏਗਾ ਸੋ ਇਸ ਕਰਕੇ ਇਹ ਪ੍ਰੋਗਰਾਮ ਰੱਖਿਆ ਹੈ ਔਰ ਮੈਂ ਇਹ ਐਪਰੀਸ਼ੀਏਟ ਕਰਦਾ ਕਿ ਡਾਕਟਰ ਸੀਬੀਆ ਸਾਹਿਬ ਨੂੰ ਵੀ ਜਿਸ ਵਕਤ ਅਸੀਂ ਰਿਕੁਐਸਟ ਕੀਤੀ ਵਾਲੀਆ ਸਾਹਿਬ ਨਾਲ ਵੀ ਕੋਆਰਡੀਨੇਟ ਕੀਤਾ ਅਤੇ ਸਾਨੂੰ ਇਹਨਾਂ ਨੇ ਬੜਾ ਖੁਸ਼ੀ ਖੁਸ਼ੀ ਜੀ ਆਇਆ ਕੀਤਾ ਔਰ ਅੱਜ
जो आपकी हाजरी है वो ये दसदी है कि आप भी महसूस कर दो कि भी ये आज का जो प्रोग्राम रखा गया है ये बड़ा ही यूजफुल प्रोग्राम है। सो होर समा ना लेंदा होया मैं आप सब का बहुत बहुत स्वागत करता हाँ एंड आई होप दैट द प्रोग्राम विल बी ऑफ बेनिफिट टू ऑल ऑफ अस। थैंक यू।